ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਦਾ ਬੀਨਟਿੰਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਇਹ ਡਿਜ਼ਾਈਨ ਆਪਾਂ ਬਾਰਡਰ ਦੇ ਉੱਪਰ ਬਣਾ ਸਕਦੇ ਹਾਂ ਜੇ ਆਪਾਂ ਕੋਟੀ ਜਾਂ ਜੈਕਟ ਬਣਾਉਣੀ ਆ ਬਟਨ ਪੱਟੀ ਵੀ ਆਪਾਂ ਇਸ ਡਿਜ਼ਾਈਨ ਦੀ ਬਣਾ ਸਕਦੇ ਹਾਂ ਦੋ ਦੋ ਦੇ ਹਿਸਾਬ ਨਾਲ ਆਪਾਂ ਕੁੰਡੇ ਲੈਣੇ ਨੇ ਡਿਜ਼ਾਈਨ ਬਣਾਉਣ ਲਈ ਤੇ ਦੋ ਸਲਾਈਆਂ ਦਾ ਡਿਜ਼ਾਈਨ ਵੈਸੇ ਤਾਂ ਇੱਕ ਸਲਾਈ ਦਈ ਆ ਕਿਉਂਕਿ ਬੈਕ ਸਾਈਡ ਵੀ ਸੇਮ ਉਸੇ ਤਰ੍ਹਾਂ ਹੀ ਇਹ ਸਲਾਈ ਬਣੂਗੀ ਤੇ ਹੁਣ ਆਪਾਂ ਕਰਦੇ ਆਂ ਡਿਜ਼ਾਈਨ ਸ਼ੁਰੂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਸਿੱਧਾ ਧਾਗਾ ਆਪਣੇ ਵੱਲ ਕਰਕੇ ਉਲਟਾ ਫਿਰ ਧਾਗਾ ਪਿੱਛੇ ਕਰ ਲੈਣਾ ਇਹ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਜਿਹੜਾ ਬਣਾਉਣਾ ਇਹਨੂੰ ਬੈਕ ਲੂਪ ਤੋਂ ਆਇਨੀ ਵੱਲ ਮਾਰਨਾ ਇਹਨੂੰ ਇਸ ਤਰ੍ਹਾਂ ਵੱਲ ਮਾਰ ਕੇ ਬਣਾਣਾ ਇੱਕ ਕੁੰਡਾ ਉਲਟਾ ਬੈਕ ਲੂਪ ਤੋਂ ਸਿੱਧਾ ਕੁੰਡਾ ਇਸ ਤਰ੍ਹਾਂ ਵਾਲ ਮਾਰ ਕੇ ਬਣਾ। ਫਿਰ ਇੱਕ ਕੁੰਡਾ ਉਲਟਾ ਬਹੁਤ ਸੋਹਣਾ ਬਾਰਡਰ ਬਣਦਾ। ਤੁਸੀਂ ਬਣਾ ਕੇ ਜਰੂਰ ਦੇਖਿਓ। ਜਿਵੇਂ ਆਪਾਂ ਜੈਂਟਸ, ਸਵੈਟਰ ਜਾਂ ਕੋਟੀ ਦਾ ਬਾਰਡਰ ਇਸ ਡਿਜ਼ਾਈਨ ਦਾ ਬਣਾ ਸਕਦੇ ਆ। ਲਾਸਟ ਵਾਲੇ ਗੁੰਡੇ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਬੰਨ੍ਹ ਦਿਆਂਗੇ। ਹੁਣ ਆਗੇ ਬੈਕ ਸਾਈਡ। ਬੈਕ ਸਾਈਡ ਆਪਣਾ ਪਹਿਲਾ ਗੁੰਡਾ ਆਪਾਂ ਨੂੰ ਦੇਖੋ ਉਲਟਾ ਦਿਖ ਰਿਹਾ ਇਹਨੂੰ ਆਪਾਂ ਉਲਟਾ ਬੰਨ੍ਹ ਦੇਣਾ। ਅਗਲਾ ਗੁੰਡਾ ਆਪਾਂ ਨੂੰ ਸਿੱਧਾ ਦਿਖਦਾ ਇਹਨੂੰ ਆਪਾਂ ਇਸ ਤਰ੍ਹਾਂ ਧਾਗਾ ਪਿੱਛੇ ਕਰਕੇ ਬੈਕ ਲੂਪ ਤੋਂ ਹੀ ਉਸੇ ਤਰ੍ਹਾਂ ਹੀ ਬੁਣਨਾ ਇੱਕ ਗੁੰਡਾ ਉਲਟਾ ਧਾਗਾ ਪਿੱਛੇ ਕੀਤਾ ਬੈਕ ਲੂਪ ਤੋਂ ਹੀ ਆਪਾਂ ਇਹਨੂੰ ਉਸੇ ਤਰ੍ਹਾਂ ਹੀ ਬੁਣਾਂਗੇ

ਹੈਕਸ ਇੱਕ ਸਿੱਧਾ ਇੱਕ ਉਲਟੇ ਕੁੰਡੇ ਦਾ ਹੀ ਇਹ ਡਿਜ਼ਾਈਨ ਆ ਪਰ ਥੋੜਾ ਜਿਹਾ ਘੁਮਾ ਕੇ ਆਪਾਂ ਕੁੰਡੇ ਨੂੰ ਬੁਣਨਾ ਇਹਦੇ ਨਾਲ ਥੋੜਾ ਜਿਹਾ ਆਪਣੇ ਡਿਜ਼ਾਈਨ ਦੇ ਵਿੱਚ ਫਰਕ ਪੈ ਜਾਂਦਾ ਹਾਂਜੀ ਦੇਖੋ ਇਸ ਤਰ੍ਹਾਂ ਬਣੂਗਾ ਆਪਣਾ ਬਾਰਡਰ ਦੇਖੋ ਬਣ ਕੇ ਕਿੰਨਾ ਸੋਹਣਾ ਲੱਗਦਾਗਾ ਉਮੀਦ ਕਰਦੇ ਹਾਂ ਤੁਸੀਂ ਇਸ ਡਿਜ਼ਾਈਨ ਨੂੰ ਜ਼ਰੂਰ ਪਸੰਦ ਕਰੋਗੇ ਜੇਕਰ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਚਲੋ ਜੀ ਮਿਲਦੇ ਆ ਨਵੇਂ ਅਤੇ ਸੌਖੇ ਡੀ ਗਿਆਂ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ